ਸਿੰਘ ਜੀ ਦਾ, ਖਾਸ ਕਰਕੇ ਸਾਡੇ ਟਰਾਂਸਪੋਰਟ ਮੰਤਰੀ ਬੀਬੀ ਅਰੁਣਾ ਚੌਧਰੀ ਜੀ ਦਾ, ਸਾਡੇ ਟਰਾਂਸਪੋਰਟ ਮਹਿਕਮੇ ਦੇ ਸਾਡੇ GM ਜਗਦੀਪ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਅੱਜ ਗਿੱਦੜਬਾਹਾ ਸ਼ਹਿਰ ਨੂੰ ਵੋਲਵੋ ਬੱਸ, ਬੜੇ ਚਿਰਾਂ ਤੋਂ ਲੋਕ ਤਰਸਦੇ ਸੀ ਕਿ ਗਵਰਨਮੈਂਟ ਦੀਆਂ ਵੋਲਵੋ ਬੱਸਾਂ ਚੱਲਣ, ਅਕਾਲੀ ਦਲ ਦੀਆਂ ਵੱਡੇ ਵੱਡੇ ਘਰਾਣਿਆਂ ਦੀਆਂ ਵੋਲਵੋ ਬੱਸਾਂ ਚੱਲਦੀਆਂ ਕਰੋੜ ਕਰੋੜ ਰੁਪਏ ਵਾਲੀਆਂ। ਸੋ ਅੱਜ ਚੰਡੀਗੜ੍ਹ ਜਾਣ ਵਾਸਤੇ ਜਿਹੜੀ ਬੱਸ ਵੋਲਵੋ ਦੀ ਸ਼ੁਰੂ ਕੀਤੀ ਹੈ, ਇਹਦਾ ਚੱਲਣ ਦਾ ਗਿੱਦੜਬਾਹਾ ਤੋਂ ਸਮਾਂ 4 ਵਜੇ ਤੇ ਉਧਰੋਂ ਚੱਲਣ ਦਾ ਸਮਾਂ 4:40 ਹੈ। ਮੈਨੂੰ ਲੱਗਦਾ ਕਿ ਸੁਬਾਹ ਗਿੱਦੜਬਾਹਾ ਦੇ ਬੱਚੇ, ਗਿੱਦੜਬਾਹਾ ਦੇ ਪੇਸ਼ੈਂਟ, ਗਿੱਦੜਬਾਹਾ ਦੇ ਹੋਰ ਕਾਰੋਬਾਰੀ ਜਿਹੜੇ ਜਾਣ ਵਾਲੇ ਹੈ ਉਹ ਚੰਡੀਗੜ੍ਹ ਜਾਂਦੇ ਹੈ ਤੇ ਸ਼ਾਮ ਨੂੰ ਉਹ ਇਹ ਵੀ ਚਾਹੁੰਦੇ ਕਿ ਵਾਪਸ ਆਈਏ। ਅੱਜ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਤੇ ਮੰਤਰੀ ਸਾਹਿਬਾਨ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਮੈਨੂੰ ਬੜੀ ਛੇਤੀ ਉਹਨਾਂ ਨੇ ਵੋਲਵੋ ਬੱਸ ਦਿੱਤੀ ਹੈ।